ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਕੁੜੀ ਛੇੜਨ ਨੂੰ ਲੈ ਕੇ ਛਿੜਿਆ ਵਿਵਾਦ, ਮੌਕੇ 'ਤੇ ਚਲੀਆਂ ਗੋਲੀਆਂ। ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਅਤੇ ਗੱਲ ਪਹਿਲਾਂ ਬਹਿਸ ਤੱਕ ਰਹਿੰਦੀ ਹੈ ਅਤੇ ਇਸ ਤੋਂ ਬਾਅਦ ਜਦ ਗੱਲ ਵੱਸੋਂ ਬਾਹਰ ਹੁੰਦੀ ਹੈ ਤਾਂ ਮੌਕੇ 'ਤੇ ਗੋਲੀਆਂ ਚੱਲ ਜਾਂਦੀਆਂ ਨੇ। ਹਾਲਾਂਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿਸ ਵਿੱਚ ਪਤਾ ਲੱਗਿਆ ਕਿ ਘਰ ਦੀ ਮਹਿਲਾ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਛੇੜਿਆ ਗਿਆ ਸੀ ਅਤੇ ਜਦ ਘਰ ਦਾ ਇਹ ਨੌਜਵਾਨ ਉਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਗਿਆ ਤਾਂ ਉਹਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਘਰ ਦੀ ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਘਰ ਆ ਰਹੀ ਸੀ ਤਾਂ ਇਲਾਕੇ ਦੇ ਕੁਝ ਮੁੰਡਿਆਂ ਦੇ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ ਅਤੇ ਜਦ ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਨ ਦੇ ਲਈ ਗਿਆ ਤਾਂ ਉਹਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਨੌਜਵਾਨ 7-8 ਦੀ ਗਿਣਤੀ ਦੇ ਵਿੱਚ ਸਨ ਅਤੇ ਉਹਨਾਂ ਨੇ ਘਰ ਦੇ ਮੁੰਡੇ 'ਤੇ ਹਮਲਾ ਕਰ ਦਿੱਤਾ ਅਤੇ ਜਦ ਉਸੇ ਮੁੰਡੇ ਦਾ ਭਰਾ ਆ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਉਸਦੇ ਭਰਾ 'ਤੇ ਕੁਝ ਨੌਜਵਾਨ ਹਮਲਾ ਕਰ ਰਹੇ ਹਨ ਤਾਂ ਉਸਨੇ ਵੀ ਉਹਨਾਂ ਨੂੰ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੌਜਵਾਨਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਗੱਲ ਇੱਥੇ ਹੀ ਨਹੀਂ ਰੁਕੀ, ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਘਰ 'ਤੇ ਆ ਕੇ ਭੰਨ ਤੋੜ ਵੀ ਕੀਤੀ ਅਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਵੀ ਕੀਤੀ ਗਈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਗੇਟ 'ਤੇ ਕਿਰਪਾਨਾਂ ਦੇ ਨਾਲ ਜਿਸ ਹਿਸਾਬ ਨਾਲ ਹਮਲਾ ਕੀਤਾ ਗਿਆ ਉਸਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਨੇ ਅਤੇ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕੀਤੀ ਗਈ ਹੈ। ਹਾਂਜੀ, ਉਹ ਬੇਟੀ ਨੂੰ ਛੇੜਿਆ, ਗਿਆ ਮੁੰਡਾ ਅੱਗੇ, ਥੋੜਾ ਹੋਰ ਇਕੱਲੇ ਨੂੰ ਘੇਰ ਲਿਆ ਉਹਨਾਂ ਨੇ, ਛੇੜ ਕੇ ਗਏ ਪਹਿਲੇ, ਤਿੰਨ ਚਾਰ ਜਾਣੇ ਸੀ, ਬਾਅਦ ਚ ਵੀ ਕਿੰਨੇ ਜਾਣੇ ਇਕੱਠੇ ਹੋ ਗਏ, ਹਾਂ ਸੱਤ ਅੱਠ ਜਾਣੇ ਹੋ ਗਏ ਸੀ, ਦਿੱਤੀ ਉਹਨਾਂ ਨੇ ਕਿੰਨੇ ਜਾਣੇ, ਇੱਦਾਂ ਉਹਨਾਂ ਨੇ ਦੁਕਾਨ ਗੇਟ ਭੰਨ ਦਿੱਤਾ, ਦੇਖੋ ਤਲਵਾਰ ਮਾਰ ਕੇ ਕਿੱਦਾਂ ਇਹਨਾਂ ਨੇ ਮਾਰ ਲੈਣੇ, ਕਿੰਨੇ ਜਣੇ ਟੋਟਲ ਸੀਗੇ, ਸੱਤ ਜਣੇ, ਹਾਂਜੀ ਸੱਤ ਜਣੇ ਆਗੇ, ਕੀ ਕਾਰਨ ਕੀ ਹੈਗਾ ਜਿਹੜਾ, ਗਾਲਾਂ ਬਹੁਤ ਗੰਦੀਆਂ ਕੱਢਦੇ ਪਏ ਸੀ, ਕੁੜੀ ਦਾ ਦੱਸਿਆ ਤਾਂ ਹੈਗਾ, ਜਿਹੜਾ ਕੁੜੀ ਬੇਵਿਆਹੀ ਹੋਈ ਹੈ, ਕੁੜੀ ਨੂੰ ਫੋਨ ਲੈ ਕੇ ਆਉਣ ਡਈ ਸੀ, ਗੇਟ ਬੰਦ ਕਰਨੀ ਆ, ਗੋਲੀ ਗੋਲੀ ਵੀ, ਹਾਂਜੀ ਉਹਨਾਂ ਨੇ ਚਲਾਈਆਂ ਫਾਇਰ, ਉਹਨਾਂ ਨੇ ਕੀਤੇ ਆ, ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਕੁੜੀ ਛੇੜਨ ਨੂੰ ਲੈ ਕੇ ਛਿੜਿਆ ਵਿਵਾਦ, ਮੌਕੇ 'ਤੇ ਚਲੀਆਂ ਗੋਲੀਆਂ। ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਅਤੇ ਗੱਲ ਪਹਿਲਾਂ ਬਹਿਸ ਤੱਕ ਰਹਿੰਦੀ ਹੈ ਅਤੇ ਇਸ ਤੋਂ ਬਾਅਦ ਜਦ ਗੱਲ ਵੱਸੋਂ ਬਾਹਰ ਹੁੰਦੀ ਹੈ ਤਾਂ ਮੌਕੇ 'ਤੇ ਗੋਲੀਆਂ ਚੱਲ ਜਾਂਦੀਆਂ ਨੇ। ਹਾਲਾਂਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿਸ ਵਿੱਚ ਪਤਾ ਲੱਗਿਆ ਕਿ ਘਰ ਦੀ ਮਹਿਲਾ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਛੇੜਿਆ ਗਿਆ ਸੀ ਅਤੇ ਜਦ ਘਰ ਦਾ ਇਹ ਨੌਜਵਾਨ ਉਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਗਿਆ ਤਾਂ ਉਹਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਘਰ ਦੀ ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਘਰ ਆ ਰਹੀ ਸੀ ਤਾਂ ਇਲਾਕੇ ਦੇ ਕੁਝ ਮੁੰਡਿਆਂ ਦੇ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ ਅਤੇ ਜਦ ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਨ ਦੇ ਲਈ ਗਿਆ ਤਾਂ ਉਹਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਨੌਜਵਾਨ 7-8 ਦੀ ਗਿਣਤੀ ਦੇ ਵਿੱਚ ਸਨ ਅਤੇ ਉਹਨਾਂ ਨੇ ਘਰ ਦੇ ਮੁੰਡੇ 'ਤੇ ਹਮਲਾ ਕਰ ਦਿੱਤਾ ਅਤੇ ਜਦ ਉਸੇ ਮੁੰਡੇ ਦਾ ਭਰਾ ਆ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਉਸਦੇ ਭਰਾ 'ਤੇ ਕੁਝ ਨੌਜਵਾਨ ਹਮਲਾ ਕਰ ਰਹੇ ਹਨ ਤਾਂ ਉਸਨੇ ਵੀ ਉਹਨਾਂ ਨੂੰ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੌਜਵਾਨਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਗੱਲ ਇੱਥੇ ਹੀ ਨਹੀਂ ਰੁਕੀ, ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਘਰ 'ਤੇ ਆ ਕੇ ਭੰਨ ਤੋੜ ਵੀ ਕੀਤੀ ਅਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਵੀ ਕੀਤੀ ਗਈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਗੇਟ 'ਤੇ ਕਿਰਪਾਨਾਂ ਦੇ ਨਾਲ ਜਿਸ ਹਿਸਾਬ ਨਾਲ ਹਮਲਾ ਕੀਤਾ ਗਿਆ ਉਸਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਨੇ ਅਤੇ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕੀਤੀ ਗਈ ਹੈ।
ਹਾਂਜੀ ਉਹ ਬੇਟੀ ਨੂੰ ਛੇੜਿਆ ਗਿਆ ਮੁੰਡਾ ਅੱਗੇ ਥੋੜੇ ਕੋਲ ਕੱਲੇ ਨੂੰ ਘੇਰ ਲਿਆ ਉਹਨਾਂ ਨੇ ਛੇੜ ਕੇ ਗਏ ਪਹਿਲੇ ਤਿੰਨ ਚਾਰ ਜਾਣੇ ਸੀ ਬਾਅਦ ਚ ਵੀ ਕਿੰਨੇ ਜਾਣੇ ਇਕੱਠੇ ਹੋ ਗਏ ਹਾਂ ਸੱਤ ਅੱਠ ਜਾਣੇ ਹੋ ਗਏ ਸੀ ਗੇਟ ਭੰਨ ਦਿੱਤਾ ਦੇਖੋ ਤਲਵਾਰ ਮਾਰ ਕੇ ਗਾਲਾਂ ਬਹੁਤ ਕੁੜੀ ਦਾ ਦੱਸਿਆ ਤਾਂ ਹੈਗਾ ਜਿਹੜਾ ਕੁੜੀ ਬੇਵਿਆਹੀ ਹੋਈ ਫੋਨ ਲੈ ਕੇ ਆਉਣ ਡਈ ਸੀ ਹਾਂਜੀ ਉਹਨਾਂ ਨੇ ਚਲਾਈਆਂ ਫਾਇਰ ਉਹਨਾਂ ਨੇ ਕੀਤੇ ਆ ਕਿੰਨੇ ਵੱਲੋਂ ਚਲਾਈਆਂ ਗਈਆਂ ਤੇ ਕਿੰਨੇ ਰੋਂਦ ਫਾਇਰ ਹੋਏ ਇਹਦੇ ਬਾਰੇ ਜੀ ਇਹ ਹਵਾਈ ਫਾਇਰ ਕੀਤੇ ਗਏ ਜਾਂ ਕਿਸੇ ਦੇ ਘਰ ਦੇ ਮਾਰੇ ਗੇਟ ਤੇ ਗਏ ਉੱਥੋਂ ਉਹਦਾ ਲੇਟ ਆਇਆ ਜੀ ਵੈਸੇ ਫਾਇਰਿੰਗ ਹੋਈ ਹੈ ਸਰ ਗੋਲੀਆਂ ਚੱਲੀਆਂ ਜੀ ਇਹਦੇ ਬਾਰੇ ਜੀ